ਸਸ਼ੇ ਆਕਾਲ ਜੀ ਅੱਜ ਆਪਾਂ ਇਸ ਰੀ ਆਰਡਰ ਨੂੰ ਫਾਲੋ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਇਸ ਨੂੰ ਸਕੈਨ ਸਕੈਨ ਕਰਦੇ ਹਾਂ ਤੇ ਪਤਾ ਲਾਉਨੇ ਹਾਂ ਕਿ ਕਿਸ ਤੇ ਬਾਰੇ ਗੱਲ ਹੋ ਰਹੀ ਹੈ ਇਸ ਤੇ ਵਿੱਚ ਹੰਗਰੀ ਕਿਚਨ ਸਟੱਡੀਜ਼ ਮੈਨ ਦਨ ਅਗੇਨ ਕਿਚਨ ਫੋਰਗੇਸਟ ਆਈਡੀਆ ਪ੍ਰੂਫ ਅ ਰਿਟਾਇਰਡ ਇੰਜੀਨੀਅਰ ਇਨ ਸੈਨ ਡਾਈਗੋ ਇਹ ਹੈ ਜੋ ਇਹਨਾਂ ਬਾਰੇ ਗੱਲ ਹੋਈ ਹੈ ਆਪਾਂ ਨੂੰ ਸਕਿਮ ਸਕੈਨ ਕਰਕੇ ਇਹ ਪਤਾ ਲੱਗਦਾ ਹੈ ਨੈਕਸਟ ਹੈ ਕਿ ਆਪਾਂ ਆਪਣੇ ਇੰਟਰੋਡਕਸ਼ਨ ਜਾਂ ਆਪਣਾ ਟੋਪਿਕ ਸੈਂਟੈਂਸ ਲੱਭਦੇ ਹਾਂ ਟੋਪਿਕ ਸੈਂਟੈਂਸ ਲੱਭਣ ਦੇ ਲਈ ਆਪਾਂ ਹਰ ਇੱਕ ਲਾਈਨ ਦੇ ਫਿਊ ਵਰਡਸ ਰੀਡ ਕਰਦੇ ਹਾਂ ਯੈਟ ਵੈਨ ਏਵਰ ਹੀ ਵਾਸ ਹੰਗਰੀ ਹੂ ਵਾਸ ਹੰਗਰੀ ਵੀ ਡੋਨਟ نو ਹੂ ਇਜ਼ ਹੀ ਹੇਅਰ ਸੋ ਥਿਸ ਵੁਆन्ट ਬੀ ਆਰ ਟੋਪਿਕ ਸੈਂਟੈਂਸ ਨੈਕਸਟ ਇਜ਼ ਸਟੱਡੀਜ਼ ਆਫ ਥਿਸ ਮੈਨ ਕਿਹੜੇ ਮੈਨ ਦੇ ਬਾਰੇ ਗੱਲ ਹੋઈ ਰਹੀ ਹੈ ਆਪਾਂ ਨੂੰ ਨਹੀਂ ਪਤਾ ਤਾਂ ਕਰਕੇ ਇਹ ਵੀ ਆਪਣਾ ਟੋਪਿਕ ਸੈਂਟੈਂਸ ਦਾ ਇੰਟਰੋਡਕਸ਼ਨ ਨਹੀਂ ਹੈ ਅਗਲੀ ਲਾਈਨ ਦੇ ਵਿੱਚ ਹੈ ఎవਰੀ ਡੇ ਹੀ ਵਾਸ ਆਸਕਡ ਵੇਅਰ ਦਾ ਕਿਚਨ ਵਾਸ ਇਨ ਦਾ ਹਾਊਸ ਹੀ ਹੂ ਇਜ਼ ਹੀ ਇਥੇ ਆਪਾਂ ਨੂੰ ਫੇਰ ਨਹੀਂ ਪਤਾ ਇਟ ਆਫਰਡ ਪ੍ਰੂਫ ਆਫ ਵਟ ਹਰ ਸਾਈਕੋਲੋਜਿਸਟ ਵਿਲੀਅਨ ਜੇਮਸ ਪ੍ਰੂਫ ਕਿੱਥੇ ਦਿੱਤਾ ਜਾਂਦਾ ਹੈ ਪ੍ਰੂਫ ਦਿੱਤਾ ਜਾਂਦਾ ਹੈ ਕਨਕਲੂਜਨ ਦੇ ਵਿੱਚ ਐਂਡ ਦੇ ਵਿੱਚ ਤਾਂ ਕਰਕੇ ਇਹ ਵੀ ਆਪਣਾ ਟੋਪਿਕ ਸੈਂਟੈਂਸ ਨਹੀਂ ਹੈ ਆਪਾਂ ਬਚਦੇ ਹਾਂ ਇੱਕ ਸੈਂਟੈਂਸ ਦੇ ਨਾਲ ਇਨ 1992 ਅ ਰਿਟਾਇਰਡ ਇੰਜੀਨੀਅਰ ਇਨ ਸੈਂਟਾਇਗੋ ਕੰਟਰੈਕਟਡ ਅ ਰੀਅਰ ਬ੍ਰੇਨ ਡਿਜ਼ੀਜ਼ ਥੈਟ ਵਾਈਪਡ ਆਊਟ ਹਿਸ ਮੈਮਰੀ ਇਸ ਦੇ ਵਿੱਚ ਆਪਣੇ ਇਹਨਾਂ ਤਿੰਨਾਂ ਸਵਾਲਾਂ ਦੇ ਜਵਾਬ ਹਨ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਹੀ ਕੌਣ ਸੀਗਾ ਸੈਕਿੰਡ ਇਹ ਆਪਣਾ ਟੋਪਿਕ ਸੈਂਟੈਂਸ ਨਹੀਂ ਹੈ ਕਿਉਂਕਿ ਇਹ ਪ੍ਰੂਫ ਹੈ ਜੋ ਉਹ ਐਂਡ ਪ੍ਰੋਡਕਟ ਹੁੰਦਾ ਹੈ ਅਤੇ ਐਂਡ ਪ੍ਰੋਡਕਟ ਜੋ ਹੁੰਦਾ ਹੈ ਉਹ ਆਪਣਾ ਕਨਕਲੂਜਨ ਦੇ ਵਿੱਚ ਆਉਂਦਾ ਹੈ ਤਾਂ ਕਰਕੇ ਜੋ ਇਹ ਹੈ ਇਹੀ ਆਪਣਾ ਟੋਪਿਕ ਸੈਂਟੈਂਸ ਹੈ ਕੀ ਹੋਇਆ ਓਨਲੀ 92 ਦੇ ਵਿੱਚ ਇੱਕ ਰਿਟਾਇਰ ਇੰਜੀਨੀਅਰ ਸੀ ਉਹਨੂੰ ਇੱਕ ਰੇਅਰ ਬ੍ਰੇਨ ਡਿਸੀਜ਼ ਹੋ ਜਾਂਦੀ ਹੈ ਜਿਸ ਦੇ ਨਾਲ ਜੋ ਉਸਦੀ ਮੈਮਰੀ ਹੈ ਉਹ ਚਲੀ ਜਾਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਹੈ 8 ਅਟ ਆਫਰਡ ਪ੍ਰੂਫ ਇਟ ਕੀ ਹੈ ਆਪਾਂ ਨੂੰ ਇਹ ਨਹੀਂ ਪਤਾ ਤੇ ਪ੍ਰੂਫ ਕਨਕਲੂਜਨ ਚਾਉਂਦਾ ਹੈ ਜੈਟ ਵੈਨੈਵਰ ਹੀ ਵਾਸ ਹੰਗਰੀ ਜੈਟ ਵੈਨੈਵਰ ਹੀ ਵਾਸ ਹੰਗਰੀ ਹੀ ਗਾਟ ਅਪ ਐਂਡ ਪ੍ਰੋਪੈਲਡ ਹਿਮਸੈਲਫ ਸਟ੍ਰੇਟ ਟੂ ਦ ਕਿਚਨ ਇਥੇ ਇਸ ਦੇ ਬਾਰੇ ਕੋਈ ਗੱਲ ਨਹੀਂ ਹੋਈ ਨਾ ਤਾਂ ਉਹਦੇ ਹੰਗਰੀ ਹੋਣ ਬਾਰੇ ਗੱਲ ਹੋਈ ਹੈ ਅਤੇ ਤਾਂ ਕਰਕੇ ਆਪਣਾ ਜੋ ਸੈਕਿੰਡ ਸੈਂਟੈਂਸ ਹੈ ਉਹ ਨਹੀਂ ਬਣ ਸਕਦਾ ਸਟੱਡੀਜ਼ ਆਫ ਦਿਸ ਮੈਨ ਕਿਹੜੀ ਸਟੱਡੀ ਕੀਤੀ ਉਹ ਵੀ ਨਹੀਂ ਆਪਾਂ ਨੂੰ ਪਤਾ अपने बचता है यूज करते हाँ जो नैक्सेंस है बनता है ਕਿਉਂਕਿ ਇੱਥੇ ਉਹਨੂੰ ਪੁੱਛਿਆ ਜਾਂਦਾ ਸੀ ਕਿ ਤੇਰੇ ਘਰ ਦੇ ਵਿੱਚ ਕਿਚਨ ਕਿੱਥੇ ਹੈ ਫਿਰ ਇੱਥੇ ਗੱਲ ਹੋਈ ਕਿ ਜਦੋਂ ਵੀ ਉਹ ਹੰਗਰੀ ਹੁੰਦਾ ਸੀ ਉਹ ਉੱਠ ਕੇ ਸਿੱਧਾ ਕਿਚਨ ਦੇ ਵਿੱਚ ਚੱਲਿਆ ਜਾਂਦਾ ਸੀ ਟੂ ਟੂ ਗੈਟ ਸਮਥਿੰਗ ਟੂ ਈਟ ਇਹਨਾਂ ਦੋਹਾਂ ਸੈਂਟੈਂਸਸ ਤੋਂ ਆਪਾਂ ਨੂੰ ਕੀ ਪਤਾ ਲੱਗਦਾ ਹੈ ਉਹਨਾਂ ਨੇ ਕੀ ਉਹਨਾਂ ਨੇ ਕੀ ਪਤਾ ਲਾਇਆ ਕਿ ਸਟਡੀ ਆਫ ਦ ਸਮੈਲ ਲੀਡ ਟੂ ਸਾਇੰਟਿਸਟਸ ਵਰ ਬ੍ਰੇਕਥਰੂ ਥੈਟ ਪਾਰਟ ਆਫ ਆਰ ਬ੍ਰੇਨਸ ਵਰ ਹੈਬਿਟਸ Where, where habits are stored has nothing to do with memory or reason is toh unhane eh pata laaya eh pata laake oda conclusion ki niklya oda conclusion niklya eh it offered proof of what your psychologist william james noticed more than assencia goten humans are making humans are mere walking bundles of habits so ਇਥੇ ਹੈਬਿਟਸ ਦੇ ਬਾਰੇ ਗੱਲ ਹੋਈ ਹੈ ਇਥੇ ਉਹਨਾਂ ਨੇ ਉਸੇ ਦਾ ਹੀ ਕਨਕਲੂਜਨ ਕੱਢਿਆ ਹੈ ਹੈਬਿਟਸ ਉਹਦੀਆਂ ਕੀ ਸੀ ਕਿ ਹੀ ਡੋਨਟ ਹੈਵ ਅ ਫਰਗੇਸਟ ਆਈਡੀਆ ਉਸ ਨੂੰ ਧੁੰਦਲਾ ਜਿਹਾ ਆਈਡੀਆ ਵੀ ਨਹੀਂ ਸੀ ਕਿ ਕਿਚਨ ਕਿੱਥੇ ਹੈ ਪਰ ਫਿਰ ਵੀ ਜਦੋਂ ਉਸ ਨੂੰ ਭੁੱਖ ਲੱਗਦੀ ਸੀ ਉਹ ਸਿੱਧਾ ਕਿਚਨ ਦੇ ਵਿੱਚ ਹੀ ਜਾਂਦਾ ਹੈ ਸੀ ਤੇ ਉਸ ਤੋਂ ਪਤਾ ਇਹ ਲੱਗਿਆ ਕਿ ਜੋ ਆਪਣੀਆਂ ਹੈਬਿਟਸ ਨੇ ਉਹਨਾਂ ਦਾ ਆਪਣੀ ਮੈਮਰੀ ਦੇ ਨਾਲ ਕੋਈ ਜੋ ਆਪਣੇ ਹੈਬਿਟਸ ਨੇ ਹੋ ਆਪਣੀ ਮੈਮਰੀ ਦੇ ਵਿੱਚ ਸਟੋਰ ਹੈ ਨਹੀਂ ਹੁੰਦੀ ਆ थैंक यू lettes see ਹਾਪ ਕੋਸ ਸ਼ੇ ਇਟ ਵਾਸ ਕੋਰੈਕਟ